ਮੈਨੂੰ ਕੀ ਹੋ ਗਿਆ ਓ ਬਾਈ ਮੇਰੇ ਲੱਤ 'ਚ ਦਰਦਾਂ ਤੇ ਤੁਸੀਂ ਜਾਓ ਮੈਂ ਉਹਨਾਂ ਹੌਲੀ 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 ਤੇ ਚੰਗਾ ਜਿਹਦਾ ਸਭ ਤੋਂ ਘੈਂਟ ਸੁਪਨਾ ਹੋਊਗਾ ਨਾ ਤੇ ਆ ਦੋਵੇਂ ਪੈਕਟ ਉਹਦੇ आले दुआले 165 करोड़ परियां भाई बढ़िया परियां हां भाई परियां मेरे वास्ते शाही पनीर लेके आओ धर्म कोटिए ਉਹਨਾਂ ਨੇ ਖਾਟਾ ਤੋਂ ਮੈਨੂੰ ਆਉਂਦੀ ਆ ਭੂਬਾਲਾ ਸਿਆਣਾ ਵਾ ਮੈਨੂੰ ਕੀ ਹੋ ਗਿਆ ਓ ਬਾਈ ਮੇਰੇ ਲੱਤ 'ਚ ਦਰਦਾਂ ਤੇ ਤੁਸੀਂ ਜਾਓ ਮੈਂ ਉਹਨਾਂ ਹੌਲੀ 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 ਤੇ ਚੰਗਾ ਬਣਾ ਸੀ ਯਾਰ ਓ ਬਾਈ ਹੌਲੀ ਹੌਲੀ ਘਰੇ ਉਹਨਾਂ ਤੁਸੀਂ ਜਾਓ ਲੈ ਮੈਂ ਦੇਖ ਦਾ ਕੀ ਚੈੱਕ ਕਰਾ ਨਹੀਂ ਯਾਰ ਚੈੱਕ ਕਰਾ ਆ ਹਾਏ 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 ਓ ਬਾਈ 500 ਦਾ ਨੋਟ ਤਾਂ ਆਪਾਂ ਨੂੰ ਹੁਣ ਲੱਭ ਗਿਆ ਮੈਂ ਕਿੰਨਾ ਪਾ ਵੰਡ ਲਈਏ ਨਹੀਂ ਯਾਰ ਭਰਾਵਾ ਖਾਣੇ ਉਹਨੇ ਕੋ ਮੈਂ ਕਹਿੰਦਾ ਸ਼ਿਮਲੇ ਚੱਲੀਏ ਆਪਾਂ ਓ ਬਾਈ 500 ਦਾ ਕੀ ਹੋਣਾ ਜਿਹੜਾ ਆਪਾਂ ਨੂੰ 100 ਹੁੰਦਾ ਇੱਥੇ ਵੰਡ ਲੈਨੇ ਨਹੀਂ ਯਾਰ ਧੱਕ ਬੜੀ ਲੱਗੀ ਆ ਖਾ ਕੇ ਉਹਨੇ ਕੋ ਤੋ ਚੱਲੀਏ ਮੇਰੀ ਗੱਲ ਸੁਣੋ ਵੰਡ ਲੈਨੇ ਮੰਨ ਲਓ ਯਾਰ ਪਹਿਲੀ ਵਾਰੀ 500 ਤੇ ਕਈ ਤਾਂ ਖਾ ਕੇ ਹੋਣਾ ਹਾਂ ਯਾਰ ਭੁੱਖ ਲੱਗੀ ਕੋ ਖਾਣਾ ਵਾ ਹਾਂ ਫਿਰ ਐ ਕਰਦੇ ਘਰੇ ਚੱਲਦੇ ਆ ਉੱਥੇ ਬਹਿ ਕੇ ਫੈਸਲਾ ਕਰਦੇ ਵੀ ਇਹਦਾ ਕੀ ਕਰਨਾ ਚੱਲ ਫਿਰ ਠੀਕ ਆ ਚਲੋ ਘਰੇ ਚੱਲ ਲਓ ਓਏ ਤੇ ਨਾਲ ਰਹਿਓ ਵੇਖੋ ਭੱਜ ਨਾ ओ भाई यार मैं ਤਾਂ ਕਹਿਣਾ ਕੁਝ ਖਾਣ ਪੀਣ ਨੂੰ ਲੈ ਆਈਏ ਜੇ ਫੈਸਲਾ ਹੋ ਗਿਆ ਤਾਂ ਭੁੱਖ ਲੱਗੀ ਆ ਓ ਭਾਈ ਮੈਂ ਤਾਂ ਅਜੇ ਵੀ ਕਹਿਣਾ ਵੰਡ ਲਈਏ ਯਾਰ ਬਾਕੀ ਤੂੰ ਕੀ ਕਹਿਣਾ ਯਾਰ ਭਾਈ ਮੈਂ ਕਹਿੰਦਾ ਸ਼ਿਮਲੇ ਚੱਲੀਏ ਸਨੋਫਾਲ ਬੜੀ ਹੁੰਦੀ ਉੱਥੇ ਤੂੰ ਕੀ ਕਹਿਣਾ ਭਾਈ ਯਾਰ ਮੈਂ ਕਹਿੰਦਾ ਨਿਊਡਲਸ ਲੈ ਕੇ ਆਉਣੇ ਆ ਨਾਲੇ ਕਿੱਟੀ ਪਾਰਟੀ ਕਰਾਂਗੇ ਨਾਲੇ ਹਲਕਾ ਹਲਕਾ ਡਾਂਸ ਹੋ ਜਾਊਗਾ ਕਰਾਵਾਂ ਤੈਨੂੰ ਡਾਂਸ ਵੱਡਾ ਸ਼੍ਰੀ ਦੇਵੀ ਨੂੰ ਮੈਂ ਆਂਟੀਆਂ ਕਰਦੀ ਹੁੰਦੀ ਕਿੱਟੀ ਪਾਰਟੀ ਹੋਰ ਭਾਈ ਲਿਆ ਕੁਝ ਲੈ ਆਈਏ ਚਲ ਐਂ ਕਰ ਯਾਰ ਆ ਫੜ 500 ਰੁਪਿਆ ਤੇ ਕੋਈ ਘੈਂਟ ਜੀ ਕਰਾਰੀ ਜੀ ਚੀਜ਼ ਲੈ ਕੇ ਆ ਭੱਜ ਆ ਚੱਲ ਠੀਕ ਆ ਭਾਈ ਮੇਰੀ ਗੱਲ ਸੁਣ ਮੈਂ ਅਜੇ ਵੀ ਕਿੰਨਾ ਵੰਡ ਲਈਏ ਨਹੀਂ ਭਾਈ ਓਏ ਨਿਊਡਲਸ 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 ਓ ਯਾਰ ਵੰਡ ਲੈਣੇ ਸੀ ਯਾਰ ਭਾਈ ਤੈਨੂੰ ਕੀ ਪਤਾ ਤੇ ਬਰਫ਼ ਕਿੱਡੀ ਘੈਂਟ ਹੁੰਦੀ ਓ ਤੂੰ ਬਰਫ਼ ਦੇ ਪਿੱਛੇ ਪਿਆ ਰਹਿ ਹੁਣ ਪਤਾ ਨਹੀਂ ਆਊਗਾ ਮੁੜ ਕੇ ਕਿ ਨਹੀਂ ਤੁਹਾਨੂੰ ਪੈਸੇ ਦੀ ਕਦਰ ਨਹੀਂ ਆਏਗਾ ਭਾਈ ਯਾਰ ਆਊਗਾ ਉਹ ਯਾਰ ਕਿੱਥੇ ਰਹਿ ਗਿਆ ਇੰਨਾ ਟਾਈਮ ਹੋ ਗਿਆ ਯਾਰ ਯਾਰ ਮੈਨੂੰ ਤਾਂ ਲੱਗਦਾ ਉਹਨੇ 500 ਦਾ ਇਕੱਲਾ ਹੀ ਖਾ ਜਾਣਾ ਸਾਰਾ ਨਹੀਂ ਇਕੱਲਾ ਖਾ ਜਾਣਾ ਡੰਗਰ ਆ ਉਹ 500 ਦਾ ਇਕੱਲਾ ਹੀ ਖਾ ਜਾਊਗਾ ਯਾਰ ਬੜੀ ਭੁੱਖ ਲੱਗੀ ਯਾਰ ਫੋਨ ਫੋਨ ਲਾ ਲਓ ਉਹਨੂੰ ਫੋਨ ਉਹਦੇ ਕੋਲ ਕਿੱਥੇ ਆ ਮਾੜੀ ਕਰ ਗਿਆ ਬਾਈ ਆ ਗਿਆ शर्त रखदे आ कि सवेरे उठदे आ सारी जिहदा सब तों घैंट सुपना होगा ना ते आ दोवें पैकेट ओहदे मंजूर आ ओके ਬਈ ਜਿਹਦਾ ਘੈਂਟ ਸੁਪਨਾ ਆਇਆ ਉਹ ਖਾਲੂਗਾ ਯਾਰ ਮਨਜੂਰਾ ਠੀਕ ਹੋ ਯਾਰ ਹੁਣ ਬਾਈ ਨੇਰਾ ਬੜਾ ਹੋ ਗਿਆ ਸੋਨੇ ਯਾਰ ਚਲੋ ਆ ਕੋਲੇ ਰੱਖਨੇ ਹਾਂ ਹਾਂ ਕੋਲੇ ਸੋ ਜੋ ਰਾਖੀ ਰੱਖਾਂਗੇ ਬਾਈ ਜਿਵੇਂ ਰਾਤੀ ਆਪਣੀ ਗੱਲ ਹੋਈ ਸੀ ਕਿ ਜਿਹਦਾ ਸਭ ਤੋਂ ਵਧੀਆ ਸੁਪਨਾ ਆਇਆ ਉਹ ਦੋਵੇਂ ਪੈਕਟ ਖਾਊਗਾ ਬਾਈ ਆਪਦਾ ਆਪਦਾ ਸੁਪਨਾ ਸੁਣਾਓ ਬਾਈ ਸਭ ਤੋਂ ਪਹਿਲਾਂ ਮੈਂ ਸੁਣਾਉਣਾ ਸੁਪਨਾ ਆਪਦਾ ਚੱਲ ਸੁਣਾ ਬਾਈ ਬਾਈ ਮੈਂ ਨਾ ਘਰੋਂ ਨਿਕਲਿਆ ਬਾਈ ਮੈਂ ਦੇਖਿਆ ਮੇਰੇ ਅੱਗੇ 2-3 ਕਰੋੜ ਮੱਝਾਂ ਗਾਵਾਂ ਦਾ ਝੁੰਡ ਬਾਈ ਮੈਂ ਉਹਨਾਂ ਸਾਰੀਆਂ ਮੱਝਾਂ ਗਾਵਾਂ ਨੂੰ ਇੱਕ ਕਮਰੇ 'ਚ ਬੰਦ ਕਰ ਲਿਆ ਮੈਂ ਉਹਨਾਂ ਨੂੰ ਪੱਠੇ ਪਾਏ ਪਾਣੀ ਪਿਆਇਆ ਬਾਈ ਬੜੀ ਸੇਵਾ ਕੀਤੀ ਬੜਾ ਨਜ਼ਾਰਾ ਆਇਆ ਬਾਈ ਇਹਦਾ ਤਾਂ ਸੁਪਨਾ ਹੀ ਬੜਾ ਘੈਂਟ ਆ ਯਾਰ ਬਾਈ ਹੁਣ ਮੇਰੀ ਵਾਰੀ ਮੈਂ ਸੁਣਾਉਣਾ ਆਪਦਾ ਸੁਪਨਾ ਬਾਈ ਮੈਂ ਘਰੋਂ ਨਿਕਲਿਆ ਤੇ ਬਾਈ ਮੈਨੂੰ ਸੜਕ ਤੋਂ ਲੱਭਾ 1 ਕਰੋੜ ਰੁਪਇਆ ਕਰੋੜ ਰੁਪਇਆ ਹਾਂ ਬਾਈ ਤੇ ਬਾਈ ਮੈਂ 1 ਰੁਪਇਆ ਨਹੀਂ ਜੇਬ 'ਚ ਰੱਖਿਆ ਸਾਰਾ ਗਰੀਬਾਂ 'ਚ ਵੰਡਤਾ ਮੈਂ ਕਿਹਾ ਲਓ ਆਪਦੇ ਆਪਦੇ ਘਰ ਬਣਾ ਲਓ ਰਾਸ਼ਨ ਲੈਓ ਬਾਈ ਤੇਰਾ ਸੁਪਨਾ ਵੀ ਬੜਾ ਨੇਕੀ ਦਾ ਹੈ ਬਾਈ ਤੂੰ ਦੱਸ ਬਈ ਆਪਦਾ ਸੁਪਨਾ ਓ ਬਾਈ ਮੈਂ ਨਾ ਰਾਤੀ ਗਿਆ ਸੁਪਨੇ 'ਚ ਸ਼ਿਮਲੇ ਬਾਈ ਮੇਰੇ ਆਲੇ ਦੁਆਲੇ 165 ਕਰੋੜ ਪਰੀਆਂ ਬਾਈ ਬੜੀਆਂ ਪਰੀਆਂ ਹਾਂ ਬਾਈ ਪਰੀਆਂ ਮੇਰੇ ਵਾਸਤੇ ਸ਼ਾਹੀ ਪਨੀਰ ਲੈ ਕੇ ਆਉਣ ਕੋਈ ਮੈਗੀ ਲੈ ਕੇ ਆਵੇ ਬਾਈ ਪਰੀਆਂ ਨੇ ਤੇ ਮੇਰੀਆਂ ਲੱਤਾਂ ਵੀ ਕੁੱਟੀਆਂ ਬਾਈ ਬਾਈ ਕਿੱਡਾ ਘੈਂਟ ਸੁਪਨਾ ਤੇਰਾ ਚੱਲ ਬਾਈ ਹੁਣ ਤੇਰੀ ਵਾਰੀ ਆ
भाई मेरा कहदा सुपना यार, मेरे सुपने च ना मौत दा फरिश्ता आया, वो कहिंदा जे तू दोनों लेज दे पैकेट ना ना खादे ते तेनू जानो मार देना, ते फिर भाई मेनू दोनों लेज दे पैकेट खाने पे। मैं तो डर गया।